पंजाबी स्टडी पॉइंट 60 थी। वेख रहे सारे ही व्यूअर्स का इस चैनल पर एक बार फिर हार्दिक स्वागत। मैं अमरजीत कौर अगली वीडियो लैके आप जी के सन्मुख पेश हैगी हाँ। तो इस वीडियो में आप पंजाब स्कूल सिक्ख्या बोर्ड की दसवीं की पाठपुस्तक साहित्यमाला 10 इस दे विचों किस्सा काव्य देख कवि कादर यार उन्हां दी पहली रचना है जो किस्सा पूरन भगत उसका पहला भाग है जो पूरन का जन्म मतलब अपनी जो सिलेबस है उदे विच पूर किस्सा पूरन भगत दे विचों जिहड़ा है कई भाग सिलेबस विच दर्ज हैगे ने ते आपां इसका पहला भाग जिहड़ा है पढ़ांगे। तो इस भाग दे विच कादर यार ने पूरन भगत दे जन्म बारे दस्या हैगा। तो इस तो पहला आपां उन्हां दे कवि दे जीवन बारे थोड़ा पढ़ लीए कि कादर यार दे जन्म अते जन्म स्थान बारे बहुत ज़्यादा जानकारी नहीं मिलती। तो बस पूरन भगत दे किस्से दे अंत विच उसने लिखा है कि मौजे माछी के पिंड है जगह मेरी संधु जात है आख सुनाया मैं मतलब उन्हें दस्या है भी माछी के मेरा पिंड हैगा ते मेरी जात जिहड़ी संधु हैगी है। ते सब तो पहला पूरन भगत ते राजा रसालू दे किस्से लिखण वाला कवि कादर यार ही है। कहने का भाव कि कादर यार नूं मशहूरी किस लई मिली जो उन्हें किस्से लिखे ने पूरन भगत ते राजा रसालू। उस दीआं प्रसिद्ध रचनावां कई हैगीआं ने जिवें महाराजनामां रोज़नामा सोहणी ਅਤੇ ਹਰੀ ਸਿੰਘ ਨਲੂਆ। ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਲਿਖਣ ਕਰਕੇ ਵਧੇਰੇ ਪ੍ਰਸਿੱਧ ਹੋਇਆ ਹੈ। ਉਸ ਨੂੰ ਆਪਣੇ ਸਮੇਂ ਦੇ ਹਾਕਮਾਂ ਕੋਲੋਂ ਇਨਾਮ ਵੀ ਮਿਲੇ ਹੈਗੇ ਨੇ। ਕਿਹਾ ਜਾਂਦਾ ਹੈ ਕਿ ਉਸ ਨੂੰ ਪੂਰਨ ਭਗਤ ਦੀ ਜਿਹੜੀ ਕਥਾ ਹੈ ਉਸ ਨੂੰ ਲਿਖਣ ਕਰਕੇ ਇੱਕ ਖੂਹ ਇਨਾਮ ਵਜੋਂ ਮਿਲਿਆ ਸੀ ਅਤੇ ਉਹ ਆਪ ਇਸ ਬਾਰੇ ਲਿਖਦਾ ਹੈ। ਪੂਰਨ ਭਗਤ ਦੀ ਗੱਲ ਸੁਣਾ ਕੇ ਜੀ ਇੱਕ ਖੂਹ ਇਨਾਮ ਲਿਖਾਇਆ। ਤਾਂ ਹੁਣ ਅਸੀਂ ਜਾਣਦੇ ਹੈਗੇ ਹਾਂ ਕਿ ਸਿਆਲਕੋਟ ਦਾ ਜਿਹੜਾ ਰਾਜਾ ਸੀ ਉਸਦਾ ਨਾਮ ਸੀ ਸਲਵਾਨ ਅਤੇ ਉਸ ਦੀਆਂ ਦੋ ਰਾਣੀਆਂ ਸੀਗੀਆਂ। ਵੱਡੀ ਰਾਣੀ ਦਾ ਨਾਮ ਸੀ ਇੱਛਰਾਂ ਅਤੇ ਛੋਟੀ ਰਾਣੀ ਸੀ ਲੂਣਾ। ਲੂਣਾ ਜਿਹੜੀ ਹੈ ਉਮਰ ਵਿੱਚ ਰਾਜੇ ਸਲਵਾਨ ਦੇ ਨਾਲੋਂ ਬਹੁਤ ਜ਼ਿਆਦਾ ਛੋਟੀ ਸੀਗੀ। ਸਲਵਾਨ ਦੇ ਜਿਹੜਾ ਹੈ ਔਲਾਦ ਬਹੁਤ ਦੇਰ ਵਿੱਚ ਹੋਈ। ਅਤੇ ਕਹਿਣ ਦਾ ਭਾਵ ਕੀ ਹੈਗਾ ਜਿਵੇਂ ਅਸੀਂ ਕਹਿੰਦੇ ਹੈਗੇ ਆਮ ਤੌਰ 'ਤੇ ਕਿ ਉਹਨੂੰ ਸਹਿਕ ਸਹਿਕ ਕੇ ਜਿਹੜੀ ਹੈਗੀ ਆ ਔਲਾਦ ਦੀ ਦਾਤ ਮਿਲੀ ਹੈਗੀ ਆ ਅਤੇ ਫਿਰ ਉਸ ਤੋਂ ਬਾਅਦ ਕੀ ਵਾਪਰਦਾ ਹੈਗਾ ਕਾਦਰ ਯਾਰ ਸਾਨੂੰ ਦੱਸਦੇ ਹੈਗੇ ਨੇ। ਅਲਫ ਆਖ ਸਕੀ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਨੇ ਜਾਇਆ ਹੀ ਜਾਇਆ ਹੀ ਦਾ ਅਰਥ ਹੁੰਦਾ ਹੈ ਜਨਮ ਲਿੱਤਾ। ਸਖੀ ਦਾ ਅਰਥ ਹੁੰਦਾ ਹੈ ਸਹੇਲੀ। ਕਵੀ ਜਿਹੜਾ ਹੈ ਕਹਿੰਦਾ ਹੈ ਕਿ ਹੇ ਸਖੀ ਅੱਜ ਮੈਂ ਤੈਨੂੰ ਦੱਸ ਰਿਹਾ ਹੈਗਾ ਕਿ ਸਿਆਲਕੋਟ ਦੇ ਰਾਜ ਅੰਦਰ ਰਾਜਾ ਸਲਵਾਨ ਦੇ ਘਰ ਪੂਰਨ ਨਾਮੀ ਪੁੱਤਰ ਦਾ ਜਨਮ ਹੋਇਆ ਹੈ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਤਾਂ ਵੇਦ ਪੜ੍ਹਾਇਆ ਹੈ ਅਤੇ ਜਦੋਂ ਉਸ ਰਾ ਜਿਹੜਾ ਹੈ ਪੁੱਤਰ ਦਾ ਜਨਮ ਹੋਇਆ ਅਤੇ ਰਾਜੇ ਨੂੰ ਉਸ ਬਾਰੇ ਸੂਚਨਾ ਮਿਲੀ ਤਾਂ ਫਿਰ ਜਿਸ ਤਰ੍ਹਾਂ ਰਾਜਿਆਂ ਦੇ ਪਰਿਵਾਰਾਂ ਦੇ ਵਿੱਚ ਇੱਕ ਪਰੰਪਰਾ ਹੁੰਦੀ ਹੈ ਕਿ ਉਹ ਜਨਮ ਲੈਣ ਵਾਲੇ ਬੱਚੇ ਦਾ ਭਵਿੱਖ ਪੁੱਛਣ ਦੇ ਲਈ ਫਿਰ ਕੀ ਕਰਦੇ ਨੇ ਉਹ ਪੰਡਤਾਂ ਨੂੰ ਬੁਲਾਉਂਦੇ ਨੇ ਅਤੇ ਵੇਦ ਪੱਤਰੀਆਂ ਕਢਵਾਉਂਦੇ ਨੇ ਅਤੇ ਜੋਤਿਸ਼ ਵਿੱਦਿਆ ਦੀ ਜਿਹੜੀ ਕਿਤਾਬ ਹੈ ਉਹ ਵਾਚ ਕੇ ਉਸ ਬੱਚੇ ਦੇ ਭਵਿੱਖ ਬਾਰੇ ਜਿਹੜਾ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਅਤੇ ਇਸ ਤਰ੍ਹਾਂ ਰਾਜੇ ਨੇ ਜਿਹੜਾ ਹੈ ਪੂਰਨ ਦੇ ਜਨਮ ਹੋਣ 'ਤੇ ਪੰਡਤਾਂ ਨੂੰ ਬੁਲਾਇਆ ਅਤੇ ਵੇਦ ਪੱਤਰੀਆਂ ਖੁਲਾ ਕੇ ਉਸ ਦੇ ਭਵਿੱਖ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਵੇਦ ਪੜ੍ਹ ਕੇ ਉਹਦੇ ਭਵਿੱਖ ਬਾਰੇ ਦੱਸੋ। ਵੇਦ ਉੱਤੇ ਜਿਵੇਂ ਲਿਖਿਆ ਸੀ ਤਿਵੇਂ ਪੰਡਤਾਂ ਆਖ ਸੁਣਾ ਦਿੱਤਾ।
ਤਾਂ ਫਿਰ ਇਸ ਤੋਂ ਬਾਅਦ ਜਿਹੜਾ ਹੈ ਕਵੀ ਦੱਸਦਾ ਹੈ ਕਿ ਵੇਦ ਜੋਤਿਸ਼ ਦੀ ਜਿਹੜੀ ਬੁੱਕ ਕਿਤਾਬ ਸੀਗੀ ਪੁਸਤਕ ਸੀਗੀ ਉਸ ਨੂੰ ਵਾਚ ਕੇ ਪੰਡਿਤਾਂ ਨੇ ਜਿਵੇਂ ਉਸ ਦੀ ਜਿਹੜੀ ਹੈ ਭਵਿੱਖ ਦੇ ਵਿੱਚ ਵਾਪਰਨਾ ਸੀ ਸਥਿਤੀ ਸੀਗੀ ਉਸ ਬਾਰੇ ਰਾਜੇ ਨੂੰ ਦੱਸ ਦਿੱਤਾ। ਪੂਰਨ ਇੱਕ ਹਨੇਰਿਓਂ ਨਿਕਲਿਆ ਸੀ ਦੂਜੀ ਕੋਠੜੀ ਦੇ ਵਿੱਚ ਪਾ ਦਿੱਤਾ। ਹੁਣ ਉਹਨਾਂ ਨੇ ਕੀ ਦੱਸਿਆ ਕਿ ਇਹ ਜਿਹੜਾ ਹੈ ਪੁੱਤਰ ਹੈ ਤੇਰੇ ਲਈ ਨਹਿਸ਼ ਹੈ, ਇਸ ਨੂੰ ਜਿਹੜਾ ਹੈ 12 ਸਾਲ ਦੇ ਲਈ ਭੋਰੇ ਵਿੱਚ ਪਾ ਦਿੱਤਾ ਜਾਵੇ, ਤੂੰ ਇਸਦਾ 12 ਸਾਲ ਲਈ ਮੂੰਹ ਨਹੀਂ ਵੇਖਣਾ, ਅਤੇ ਜੇਕਰ ਤੂੰ ਇਸ ਤੋਂ 12 ਸਾਲ ਦੂਰ ਰਹੇਗਾ ਤਾਂ ਇਸਦਾ ਭਵਿੱਖ ਵਧੀਆ ਹੋਵੇਗਾ, ਇਸਦਾ ਜੀਵਨ ਵਧੀਆ ਹੋਵੇਗਾ। ਅਤੇ ਇਸ ਤਰ੍ਹਾਂ ਪੰਡਿਤਾਂ ਦਾ ਕਹਿਣਾ ਮੰਨ ਕੇ ਰਾਜੇ ਨੇ ਉਹਨਾਂ ਦੇ ਕਹਿਣੇ ਅਨੁਸਾਰ ਆਪਣੇ ਪੁੱਤਰ ਨੂੰ ਜਿਹੜਾ ਕਿ ਹੁਣੇ ਹੁਣੇ ਆਪਣੀ ਮਾਂ ਦੀ ਕੁੱਖ ਦੇ ਵਿੱਚੋਂ ਜਿਸਨੇ ਜਨਮ ਲਿਆ ਸੀਗਾ ਇੱਕ ਹਨੇਰੀ ਕੋਠੜੀ 'ਚੋਂ ਨਿਕਲਿਆ ਸੀਗਾ ਉਸ ਨੂੰ ਦੂਜੀ ਕੋਠੜੀ ਭਾਵ ਭੋਰੇ ਦੇ ਵਿੱਚ 12 ਸਾਲਾਂ ਦੇ ਲਈ ਪਾ ਦਿੱਤਾ ਅਤੇ ਉਸਦੀ ਪਾਲਣਾ ਪੋਸ਼ਣਾ ਜਿਹੜੀ ਹੈਗੀ ਆ ਭੋਰੇ ਦੇ ਵਿੱਚ ਹੋਣ ਲੱਗ ਪਈ। ਅਤੇ ਇਹ ਤਾਂ ਸੀਗੇ ਉਸਦੇ ਪੂਰਨ ਦੇ ਜਨਮ ਦੀ ਪਹਿਲੀ ਘਟਨਾ। ਅਤੇ ਹੁਣ ਆਪਾਂ ਇਹਦਾ ਇਸ ਭਾਗ ਦਾ ਜਿਹੜਾ ਹੈ ਕੇਂਦਰੀ ਭਾਵ ਦੇਖਦੇ ਹੈਗੇ ਹਾਂ ਕਿ ਜਿਹੜਾ ਹੈ ਕੇਂਦਰੀ ਭਾਵ ਦੇ ਵਿੱਚ ਅਸੀਂ ਇਹੀ ਦੱਸਾਂਗੇ ਕਿ ਜਿਹੜਾ ਇਹ ਕਿੱਸਾ ਕਾਦਰ ਯਾਰ ਜੀ ਦਾ ਲਿਖਿਆ ਹੋਇਆ ਹੈਗਾ। ਅਤੇ ਇਸ ਭਾਗ ਦੇ ਵਿੱਚ ਕਵੀ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦੋਂ ਪੂਰਨ ਦਾ ਜਨਮ ਹੋਇਆ, ਅਤੇ ਪੂਰਨ ਦਾ ਜਨਮ ਹੋਣ ਦੇ ਉੱਤੇ ਜਦੋਂ ਸਿਆਲਕੋਟ ਦੇ ਰਾਜੇ ਨੂੰ ਉਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਜੋਤਿਸ਼ੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਜੋਤਿਸ਼ ਦੀਆਂ ਪੁਸਤਕਾਂ ਪੜ੍ਹਨ ਲਈ ਕਿਹਾ ਗਿਆ। ਅਤੇ ਪੰਡਿਤਾਂ ਨੇ ਉਸ ਨੂੰ ਇਹ ਭਵਿੱਖਬਾਣੀ ਕੀਤੀ ਕਿ ਉਹ ਉਸ ਦੇ ਲਈ ਚੰਗਾ ਨਹੀਂ ਹੈ, ਉਸਦਾ ਮੂੰਹ ਵੇਖਣਾ ਉਸ ਲਈ। ਅਤੇ ਇਸ ਲਈ ਜੋਤਿਸ਼ੀਆਂ ਦੀ ਮਰਜ਼ੀ ਅਨੁਸਾਰ ਪੂਰਨ ਨੂੰ ਜਿਹੜਾ ਹੈ ਰਾਜੇ ਸਲਵਾਨ ਨੇ 12 ਸਾਲਾਂ ਲਈ ਭੋਰੇ ਦੇ ਵਿੱਚ ਦੀ ਕੋਠੜੀ ਦੇ ਵਿੱਚ ਪਾ ਦਿੱਤਾ, ਭਾਵ ਉੱਥੇ ਉਹਦੀ ਪਾਲਣਾ ਪੋਸ਼ਣਾ ਹੋਣ ਲੱਗੀ। ਅਤੇ ਹੁਣ ਆਪਾਂ ਇਸ ਨਾਲ ਸੰਬੰਧਿਤ ਕੁਝ ਵਸਤੂਨਿਸ਼ਠ ਪ੍ਰਸ਼ਨ ਕਰਨੇ ਹੈਗੇ ਨੇ ਕਿਉਂਕਿ ਤੁਹਾਡੀ ਪ੍ਰੀਖਿਆ ਦੇ ਲਿਹਾਜ਼ ਦੇ ਨਾਲ ਵਸਤੂਨਿਸ਼ਠ ਪ੍ਰਸ਼ਨ ਜ਼ਿਆਦਾ ਮਹੱਤਵਪੂਰਨ ਨੇ। ਕਿੱਸਾ ਪੂਰਨ ਭਗਤ ਕਿਸ ਕਵੀ ਦੀ ਰਚਨਾ ਹੈ? ਉੱਤਰ ਹੈ ਕਾਦਰ ਯਾਰ। ਅਤੇ ਅਗਲਾ ਪ੍ਰਸ਼ਨ ਹੈ ਜੋ ਉਹ ਹੈ ਕਾਦਰ ਯਾਰ ਨੇ ਜਿਹੜਾ ਕਿੱਸਾ ਲਿਖਿਆ ਹੈ ਪੂਰਨ ਭਗਤ ਹੈ ਕਿਸ ਰੂਪ ਵਿੱਚ ਲਿਖਿਆ ਹੈ? ਤਾਂ ਬੇਟੇ ਜਿਹੜਾ ਇਹ ਕਵਿਤਾ ਦਾ ਰੂਪ ਹੈ ਇਹਨੂੰ ਸੀ ਹਰਫੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਸੀ ਹਰਫੀ, ਯਾਦ ਰੱਖਣਾ ਹੈਗਾ, ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਅਤੇ ਆਇਆ ਹੋਇਆ ਹੈ ਬੋਰਡ ਦੀ ਕਲਾਸ ਦੇ ਵਿੱਚ ਕਈ ਵਾਰ। ਅਗਲਾ ਪ੍ਰਸ਼ਨ ਹੈ ਪੂਰਨ ਦਾ ਜਨਮ ਕਿੱਥੇ ਹੋਇਆ? ਤਾਂ ਪੂਰਨ ਦਾ ਜਨਮ ਕਿੱਥੇ ਹੋਇਆ? ਸਿਆਲਕੋਟ ਦੇ ਵਿੱਚ ਹੋਇਆ। ਅਤੇ ਪੂਰਨ ਦੇ ਪਿਤਾ ਦਾ ਨਾਂ ਕੀ ਸੀ? ਰਾਜਾ ਸਲਵਾਨ ਸੀਗਾ। ਅਤੇ ਰਾਜਾ ਸਲਵਾਨ ਕਿੱਥੋਂ ਦਾ ਰਾਜਾ ਸੀਗਾ? ਸਿਆਲਕੋਟ ਦਾ। ਅਤੇ ਰਾਜੇ ਨੇ ਜੋਤਿਸ਼ ਲਾਉਣ ਲਈ ਕਿਸ ਨੂੰ ਸੱਦਿਆ? ਪੰਡਿਤਾਂ ਨੂੰ। ਪੂਰਨ ਨੂੰ ਕਿਹੜੀ ਕੋਠੜੀ ਵਿੱਚ ਪਾ ਦਿੱਤਾ ਗਿਆ? ਭੋਰੇ ਵਿੱਚ ਪਾ ਦਿੱਤਾ ਗਿਆ। ਅਲਫ ਆਸ ਕੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਨੇ ਜਾਇਆ ਈ? ਇਹ ਕਾਵਿ ਸਤਰ ਕਿਹੜੀ ਪਾਠ ਪੁਸਤਕ ਵਿੱਚੋਂ ਹੈ? ਤਾਂ ਇਸਦਾ ਉੱਤਰ ਕੀ ਹੈ? ਸਾਹਿਤਮਾਲਾ ਪਾਠ ਪੁਸਤਕ ਵਿੱਚੋਂ। ਇਸ ਕਾਵਿ ਸਤਰ ਦਾ ਕਵੀ ਕੌਣ ਹੈ? ਇਸ ਕਾਵਿ ਸਤਰ ਦਾ ਕਵੀ ਕਾਦਰ ਯਾਰ ਹੈ। ਅਤੇ ਇਹ ਕਾਵਿ ਸਤਰ ਕਿਹੜੀ ਕਵਿਤਾ ਵਿੱਚੋਂ ਹੈ? ਹੁਣ ਕਵਿਤਾ ਦਾ ਨਾਂ ਅਸੀਂ ਲਿਖਾਂਗੇ ਪੂਰਨ ਦਾ ਜਨਮ। ਤਾਂ ਇਹ ਤਾਂ ਸੀਗਾ ਇਹਨਾਂ ਕੁਝ ਲਾਈਨਾਂ ਦੇ ਅਰਥ, ਕੇਂਦਰੀ ਭਾਵ ਅਤੇ ਪ੍ਰਸ਼ਨ ਉੱਤਰ। ਉਮੀਦ ਕਰਦੀ ਹੈਗੀ ਹਾਂ ਤੁਹਾਨੂੰ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਨ, ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਜ਼ਰੂਰ ਵਾਚਣਾ, ਕਿਉਂਕਿ ਇਸ ਚੈਨਲ ਦੇ ਉੱਤੇ ਇੱਕ ਨਾਲੋਂ ਵੱਧ ਕਲਾਸਿਸ ਦਾ ਕੰਮ ਕੀਤਾ ਹੋਇਆ ਹੈ। ਔਰ ਖਾਸ ਤੌਰ 'ਤੇ ਜੇਕਰ ਤੁਸੀਂ 10ਵੀਂ ਕਲਾਸ ਦੇ ਵਿਦਿਆਰਥੀ ਹੈਗੇ ਹੋ ਤਾਂ ਤੁਹਾਡੇ ਲਈ ਇਹ ਚੈਨਲ ਬੜਾ ਹੀ ਮਹੱਤਵਪੂਰਨ ਹੈ। ਕਾਰਨ ਕੀ ਹੈ ਕਿ ਇਸ ਚੈਨਲ 'ਤੇ BA ਤੱਕ ਦੀਆਂ ਕਲਾਸਾਂ ਦਾ ਕੰਮ ਪਾਇਆ ਹੋਇਆ। ਤੁਸੀਂ BA ਕਰਨੀ ਆ, BCOM ਕਰਨੀ ਆ, ਹੈ ਨਾ, ਤਾਂ ਫਿਰ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗਾ। ਖਾਸ ਤੌਰ 'ਤੇ ਅਗਲੀ ਗੱਲ ਹੈ ਜੋ
ਦੁਆ ਕਰਦੀ ਹੈਗੀ ਹਾਂ ਤੁਸੀਂ ਬਹੁਤ ਬੜਾ ਵਧੀਆ ਪੜ੍ਹਾਈ ਕਰੋ ਅਤੇ ਤੁਸੀਂ ਜੋਬਸ ਲਈ ਵੀ ਜਿਹੜਾ ਹੈ ਅਪਲਾਈ ਕਰੋ ਅਤੇ ਫਿਰ ਉਹਦੇ ਲਈ ਵਿਆਕਰਨ ਦਾ ਜਿਹੜਾ ਕੰਮ ਹੈ ਉਹ ਹਰ ਕਿਸੇ ਕੰਪੀਟੀਸ਼ਨ ਦੇ ਲਈ ਜ਼ਰੂਰੀ ਹੁੰਦਾ ਹੈ ਜਿਹੜਾ ਕਿ ਇਸ ਚੈਨਲ ਦੇ ਉੱਤੇ ਪੂਰੇ ਦਾ ਪੂਰਾ ਪਾਇਆ ਹੋਇਆ ਹੈਗਾ ਅਤੇ ਇਹ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੈ ਜੇਕਰ ਤੁਸੀਂ ਇਹ ਸਮਝਦੇ ਹੈਗੇ ਹੋ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਣਾ ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ